ਹੀ ਆ ਗਿਆ ਰੈਂਚ ਸੇ ਬੜਾ ਨਾਂ ਸੁਣਿਆ ਸੀ ਮੈਂ ਕਿਹਾ ਚਲੋ ਹਾਂਜੀ ਚਲੋ ਚਲੋ ਚਲੀਏ ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ? ਸਾਰਿਆਂ ਦਾ ਠੀਕ ਠਾਕ ਹੋ? ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਣਗੇ। ਵੈਲਕਮ ਬੈਕ ਹੋ ਗਿਆ ਸਾਰਿਆਂ ਦਾ ਬ੍ਰੈਂਡ ਨੂੰ ਵਲੌਗ ਦੇ ਅੰਦਰ। ਅਤੇ ਜਨਾਬ, ਅੱਜ ਮੈਂ ਸਿਆਲਕੋਟ ਜਾ ਰਿਹਾ ਤੁਹਾਨੂੰ ਜਾਣਾ ਇੱਕ ਬੜੀ ਆਹਲਾ ਚੀਜ਼ ਟੇਸਟ ਕਰਾਉਣ ਵਾਸਤੇ, ਠੀਕ ਹੈ? ਅਤੇ ਸਿਆਲਕੋਟ ਰੈਂਚਰ ਏ ਓਪਨ ਹੋਇਆ ਨਵਾਂ ਪੀਜ਼ਾ ਹਾਟ ਹੈ ਜਨਾਬ, ਫਾਸਟ ਫੂਡ ਵਗੈਰਾ ਹੀ ਹੈ। ਅਤੇ ਫਾਸਟ ਫੂਡ ਜ਼ਿਆਦਾ ਜੀ ਲਾਈਕ ਕਰਦੇ ਹਨ, ਤਦ ਵਾਸਤੇ ਮੈਂ ਵੀ ਜ਼ਿਆਦਾ ਫਾਸਟ ਫੂਡ ਵਾਲੀ ਧਿਆਨ ਰੱਖੇ ਹੈ, ਠੀਕ ਹੈ? ਅਤੇ ਮੈਂ ਤੁਹਾਨੂੰ ਚਾਹੁੰਦਾ ਵਾਂ ਕਿ ਮੇਰੇ ਜਿੰਨੇ ਫਾਲੋਅਰ ਨੇ ਉਹਨਾਂ ਨੂੰ ਮੈਂ ਅੱਛੀ ਅੱਛੀ ਫਾਸਟ ਫੂਡ ਵਾਲੀ ਜਗ੍ਹਾ ਚੈੱਕ ਕਰਾਵਾਂ, ਜਾ ਕੇ ਉੱਥੇ ਟੇਸਟ ਕਰਨ ਅਤੇ ਇੰਜੋਏ ਕਰਨ। ਜਾਂਦੇ ਹਾਂ ਸਿਆਲਕੋਟ, ਜਾ ਕੇ ਤੁਹਾਨੂੰ ਮੈਂ ਜਨਾਬ ਟੇਸਟ ਕਰਾਉਣਾ। ਅਤੇ ਤੁਸੀਂ ਸਾਰੇ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਫਟਾਫਟ ਜਾਓ, ਜਾ ਕੇ ਚੈਨਲ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਬੈੱਲ ਆਈਕਨ ਲਾਜ਼ਮੀ ਦਬਾ ਲੈਣਾ, ਤਾਂ ਕਿ ਜਿਹੜੀ ਵੀਡੀਓ ਅਪਲੋਡ ਹੋਵੇ ਸਭ ਤੋਂ ਪਹਿਲਾਂ ਤੁਸੀਂ ਇੰਜੋਏ ਕਰੋ, ਬਾਅਦ 'ਚ ਹੋਰ ਕੋਈ ਬੰਦਾ ਵੇਖੇ। ਅਤੇ ਮੈਂ ਜਾਂਦਾ ਘਰ, ਜਾ ਕੇ ਕੱਪੜੇ ਚੇਂਜ ਕਰਕੇ ਸਿੱਧਾ ਸਿਆਲਕੋਟ ਪਹੁੰਚਦਾ ਰੈਂਚਰ, ਅਤੇ ਜਾ ਕੇ ਨਾ ਤੁਹਾਨੂੰ ਮੈਂ ਚੈੱਕ ਕਰਵਾਉਂਦਾ। ਅੱਬ ਹੀ ਆ ਗਿਆ ਰੈਂਚਰ ਸੇ, ਬੜਾ ਨਾਂ ਸੁਣਿਆ ਸੀ ਮੈਂ ਕਿਹਾ ਚਲੋ ਹਾਂਜੀ ਚਲੋ ਚਲੋ ਚਲੀਏ। ਰਸ਼ ਇੱਥੇ ਵੀ ਬੇਭਾਵ ਹੈ ਜਨਾਬ, ਠੀਕ ਹੈ? ਪਿੰਡ ਵਾਲੇ ਹੋਇਆ ਮੈਨਿਊ ਇਹਨਾਂ ਦਾ ਜੀ ਰੈਂਚਰ, ਠੀਕ ਹੈ ਜੀ? ਇਹ ਦੂਸਰੀ ਸਾਈਡ ਤੁਹਾਨੂੰ ਵਾਹਨਾ ਸਬਰ ਸਬਰ ਵਾਹਨਾ ਵਾਹਨਾ ਲੋਈ ਹੋ ਅਤੇ ਐ ਲੋ ਜੀ, ਠੀਕ ਹੈ? ਅਤੇ ਇੱਕ ਇਹਨਾਂ ਦਾ ਜਨਾਬ ਵੀ ਬਰਗਰ, ਇਹਨਾਂ ਦਾ ਵਾਹਵਾ ਮਸ਼ਹੂਰ ਹੈ, ਉਹ ਆਰਡਰ ਕੀਤਾ ਹੈ। ਅਤੇ ਇੱਕ ਪੀਜ਼ਾ ਐ ਵਾਲਾ ਪੀਜ਼ਾ ਹੈ ਕਰਾਉਂ, ਠੀਕ ਹੈ? ਚੰਦ ਭਾਈ ਉਹ ਗਏ ਨੇ ਆਰਡਰ ਦੇਣ, ਆ ਜਾਂਦੇ ਨੇ ਅਤੇ ਫਿਰ ਜੋ ਹੈ ਨਾ ਜਿਹੜਾ ਆਰਡਰ ਸ਼ਰਡਰ ਲਾ ਕੇ ਆਉਂਦਾ ਤੁਹਾਨੂੰ ਚੈੱਕ ਕਰਵਾਉਂਦੇ ਹਾਂ ਕਿ ਬਾਕੀ ਗੱਲਾਂ ਹੀ ਬਣੀਆਂ ਨੇ। ਇਹੀ ਗੱਲ ਹਾਂ, ਪੱਕੀ ਜੀ ਪੱਕੀ ਲਵ ਯੂ ਹੋਵੇ, ਲਵ ਯੂ। ਚਲੋ ਮੈਨੂੰ ਵੇਖ ਲਵੋ ਤੁਸੀਂ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵੇਖ ਲਓ ਜੀ। ਬਰਗਰ ਤੁਹਾਨੂੰ ਪਲੇਟਾਂ ਚੈੱਕ ਕਰਾਵਾਂ, ਮਜ਼ੇ ਦੀ ਗੱਲ ਇਹ ਪਲੇਟਾਂ ਵੇਖੋ ਜੀ, ਜਿਵੇਂ ਨਹੀਂ ਹੁੰਦੀ ਉਹ ਗੋਸ਼ ਕਰਨ ਵਾਲੀ ਮੁੰਡੀ ਯਾਰ ਲੱਗਣ ਦੀ, ਉਹ ਹੈ ਬਿਲਕੁਲ ਸੇਮ ਹੈ ਜਿਸ ਬਾਬਾ ਜੀ ਇਹਨਾਂ ਦਾ ਜਾਣਾ ਬਰਗਰ। ਰੱਖੋ ਪਲੇਟਾਂ ਵੰਡੋ, ਚਲੋ ਜੀ ਚਲੋ ਜੀ ਚਲੋ ਚਲੋ ਕਰੋ, ਬਣਾਓ ਬਣਾਓ ਮੋਟੀਆਂ ਕਰੋ ਨਾ, ਚਲੋ ਜੀ ਚਲੋ ਜੀ ਚਲੋ ਜੀ। ਇਹਨਾਂ ਦੀਆਂ ਜਨਾਬ ਹੈ ਵੇਖ ਲਓ, ਇਹ ਵੀ ਲੱਕੜ ਦੀਆਂ ਸਾਰੀਆਂ, ਅਤੇ ਪਲੇਟਾਂ ਵੀ ਲੱਕੜ ਦੀਆਂ ਜਿਹਾ ਵੇਖ ਲਓ, ਥੈਂਕ ਯੂ ਵੈਰੀ ਮੱਚ। ਆਹੋ ਇਹ ਸਹੀ ਕੰਮ, ਖਾਓ ਜੀ ਖਾਓ 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 ਖਾਓ, ਸਾਰਾ ਸਾਰੇ ਖਿਲਰ ਗਿਆ ਜੀ। ਚਲੋ ਕੋਈ ਗੱਲ ਨਹੀਂ, ਟੇਸਟ ਕਰੀਏ ਜੀ। ਬਦਲ ਨਹੀਂ ਹੋਇਆ,
ਤਬਾਹ ਹੋ ਗਿਆ, ਖੁੱਲ ਗਿਆ ਲੈ ਚੱਸਦਾ ਉਹਨੂੰ ਖਾ ਲੈਣਾ ਤਾਂ ਦੋ ਹੱਥ ਕਰਨੇ ਪੈਣੇ ਨੇ, ਨਹੀਂ ਤਾਂ ਜਾਂ ਤਾਂ ਕੰਮ ਖਰਾਬ ਹੋ ਜਾਣਾ। ਟਮਾਟਰ ਨਹੀਂ ਖਾਦੇ? ਟਮਾਟਰ ਬੜੇ ਮਹਿੰਗੇ ਨੇ, ਖਾਓ ਖਾਓ ਅਸੀਂ ਪੀਜ਼ਾ ਪੂਜ਼ਾ ਖਾ ਲਿਆ ਅਤੇ ਬਰਗਰ ਵੀ ਅਤੇ ਪੀਜ਼ਾ ਵੀ, ਦੋਵੇਂ ਹੀ ਆਈਟਮਾਂ ਤੁਹਾਨੂੰ ਪਈਆਂ, ਦੋਵੇਂ ਹੀ ਖਾਧੀਆਂ ਨੇ, ਦੋਵੇਂ ਬੜੇ ਮਜ਼ੇ ਦੀਆਂ ਨੇ, ਲੇਕਿਨ ਡਿਫਰੈਂਟ ਚੀਜ਼ ਦੇ, ਅੱਛੀ ਚੀਜ਼ ਹੈ ਯਾਰ, ਬੜਾ ਮਜ਼ਾ ਆਇਆ ਕਸਮ। ਠੀਕ ਹੈ ਚਲੀਏ, ਚਲੋ ਜੀ ਨਿਕਲਦੇ ਹਾਂ ਯਾਰ, ਹੁਣ ਵਾਪਸ ਵਾਪਸ ਬਤਰਾ ਨੂੰ ਚਲੀਏ। ਓਹੋ ਡੁੱਬ ਗਈ ਖੋਬੋ ਖੋਬੋ, ਤੁਸੀਂ ਵੀ ਆਪਣੀ ਚੋਰੀ ਹੋਣਾ ਕਹਿਣ ਦੇ, ਇੰਝ ਤਾਂ ਅੱਗ ਜਾਣੀ ਐਸ਼ੂ ਪੇਪਰ ਤੇ ਲਿਖਿਆ ਰਸ਼ ਵੇਖ ਸਕਦੇ ਇਹਨਾਂ ਦੇ, ਉੱਤੇ ਵੀ ਫਲੋਰ ਹੈ ਅਤੇ ਉਸ ਤੋਂ ਉੱਤੇ ਵੀ ਹੈ, ਥਰਡ ਤਿੰਨ ਫਲੋਰ ਨੇ ਇਹਨਾਂ ਦੇ। ਚਲੋ ਜੀ ਚਲੋ ਜੀ ਅਸੀਂ ਹੁਣ ਚੱਲੇ ਹਾਂ ਅਤੇ ਬਾਹਰ ਦਾ ਵਿਊ ਮੈਂ ਤੁਹਾਨੂੰ ਚੈੱਕ ਕਰਾ ਦਈਏ, ਗੱਡੀ ਆਪਣੀ ਪਰਤ ਗਈ ਹੈ, ਰਿਵਰਸ ਹੋ ਰਹੀ ਹੈ। ਇਹ ਕੀ ਹੈ? ਚੇਜ਼ ਅਪ, ਚੇਜ਼ ਪਲੱਸ, ਚੇਜ਼ ਅਪ ਹੈ ਸੀ ਲੇਕਿਨ ਚੇਜ਼ ਪਲੱਸ ਮੈਂ ਵੀ ਹੁਣ ਹੀ ਦੇਖਿਆ। ਹਾਂਜੀ ਜਨਾਬ, ਰਾਤ ਹੋ ਗਏ, ਫਰੈਸ਼ ਹੋ ਕੇ ਆ ਗਏ ਹਾਂ ਅਤੇ ਰਾਤੀ ਆਏ ਹਾਂ, ਲੇਟ ਹੀ ਕਾਫੀ ਟਾਈਮ ਹੋ ਗਿਆ, ਤਕਰੀਬਨ 12:30 ਦਾ ਟਾਈਮ ਹੋ ਗਿਆ ਸੀ ਰਾਤ ਨੂੰ, ਅਤੇ ਮੈਂ ਕਿਹਾ ਹੁਣ ਵਲਾਗ ਐਂਡ ਕਰਨ ਨਾਲੋਂ ਬਿਹਤਰ ਇਹਨੂੰ ਉਸਤੀ ਦੇ ਵਿੱਚ ਆਇਆ ਨਾ, ਅਤੇ ਇਹਨਾਂ ਨੂੰ ਬਿਹਤਰ ਹੈ ਕਿ ਸੁਬਹ ਹੀ ਵਲਾਗ ਐਂਡ ਕਰਾਂਗੇ ਜ਼ਰਾ ਫਰੈਸ਼ ਹੋ ਕੇ। ਠੀਕ ਹੈ, ਅਤੇ ਰੱਜ ਗਏ ਹਾਂ, ਬੜਾ ਮਜ਼ਾ ਆਇਆ ਯਾਰ, ਤੁਹਾਨੂੰ ਮੈਂ ਵਿਖਾਇਆ ਵੀ ਇਹ, ਤੁਸੀਂ ਚੈੱਕ ਕੀਤਾ, ਸ਼ਕਲ ਤੋਂ ਪਤਾ ਲੱਗ ਜਾਂਦਾ ਚੀਜ਼ ਦੀ ਕਿ ਉਹ ਅੱਛੀ ਹੈ ਕਿ ਨਹੀਂ ਅੱਛੀ, ਅਤੇ ਬੜੀ ਅੱਛੀ ਚੀਜ਼ ਸੀ, ਬੜਾ ਮਜ਼ਾ ਆਇਆ, ਰੇਟ ਵੀ ਇੱਡੇ ਜ਼ਿਆਦਾ ਕੋਈ ਨਹੀਂ ਹੈ, ਬੜੇ ਨਾਰਮਲ ਜਿਹੇ ਰੇਟ ਨੇ, ਅਤੇ ਬੜੀ ਅੱਛੀ ਚੀਜ਼ ਹੈ, ਟੇਸਟ ਬਹੁਤ ਅੱਛਾ ਸੀ, ਬੜੇ ਮਜ਼ੇ ਦੀ ਚੀਜ਼ ਸੀ ਯਾਰ। ਅਤੇ ਤੁਸੀਂ ਸਾਰੇ ਜਿਹੜੇ ਸਿਆਲਕੋਟ ਦੇ ਡਿਸਕੇ ਦੇ ਮੁੰਡੇ ਛੁੰਡੇ ਫਿਰਦੇ ਟੁਰਦੇ ਰਹਿੰਦੇ ਨੇ, ਜਾਓ ਜਾ ਕੇ ਵਿਜ਼ਿਟ ਕਰੋ, ਖਾਓ ਪੀਓ, ਇੰਜੋਏ ਕਰੋ, ਅਤੇ ਮੇਰੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਅਤੇ ਜਨਾਬੇ ਵਾਲਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਨਾ। ਇਨਸ਼ਾਅੱਲਾ ਮੁਲਾਕਾਤ ਹੁੰਦੀ ਹੈ ਅਗਲੀ ਵੀਡੀਓ ਵਿੱਚ, ਓਕੇ, ਅੱਲਾ ਹਾਫਿਜ਼।